हाँ ठीक है, बहुत वधिया। हेलो जी, सत श्री सत अकाल सारिया नूं, किदे श्री किदे सारे, उम्मीद कर रहे हैं सारे ठीक हो गए। आप अपने घरां दे विच हासे वास्ते ते खुश हो गए जी। टाइम हो चुका है 3 बजे दा शाम दा, ते अज आपां सवेर दी व्लॉग दी बिल्कुल शुरुआत नहीं कर पाए क्योंकि अज इन्ने ज्यादा काम ही। आ वाला जो ग्रुप ड्रॉ खुले छड जांदे जे तुसीं, ते इन्ने ज्यादा काम ही ना वेख सकदे जे तुसीं पिछे। अजे आ साढ़े 3 बजे है, ते बैड दी रजाई जिहड़ी साडी उमदी होवे पई है क्योंकि ਸਵੇਰ ਦਾ ਬਸ ਅੱਜ ਸਾਫ ਸਫਾਈਆਂ ਤੇ ਹੀ ਆ ਆਪਾਂ। ਐ ਮੈਂ ਦੇ ਗੌਲਾ ਜਾਈ ਨਹੀਂ ਹੈਗੀ, ਤੇ ਅੱਜ ਮੈਂ ਦੇ ਜਗਰੂਪ ਨੇ ਐ ਘਰ ਦੀ ਸਾਫ ਸਫਾਈ ਜਿਹੜੀ ਆ ਚੰਡ ਕੇ ਕਰ ਦਿੱਤੀ ਹੋਈ ਆ। ਤੇ ਕੀਤੀ ਕਾਹਦੇ ਨਾਲ, ਅਸੀਂ ਵੈਕਿਊਮ ਕਲੀਨਰ ਲਾਇਆ ਸੀ, ਤੇ ਵੈਕਿਊਮ ਕਲੀਨਰ ਨੇ ਇੱਕਦਮ ਡੀਪਲੀ ਜਿਹੜੀ ਆ ਉਹ ਸਾਰੀ ਸਫਾਈ ਕਰ ਦਿੱਤੀ ਆ। ਤੇ ਸਫਾਈ ਕਰਨ ਦੇ ਨਾਲ ਨਾਲ ਅੱਜ ਆਪਾਂ ਕੱਪੜੇ ਵੀ ਵਾਸ਼ ਕੀਤੇ ਜਿਹੜੇ ਕਿ ਆਪਣੇ ਮੈਰਿਜ ਤੋਂ ਆਏ ਸੀਗੇ ਵਾਪਸ, ਤੇ ਉਹਨਾਂ ਦੇ ਵਿੱਚੋਂ ਥੋੜੇ 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 ਕੱਢ ਕੇ ਤੇ ਥੋੜੇ ਜਿਹੇ ਮੈਂ ਵਾਸ਼ ਕੀਤੇ ਆ। ਤੇ ਹੁਣ ਬਾਕੀ ਜਿਹੜੇ ਰਹਿੰਦੇ ਆ ਉਹ ਕਵਲ ਹੋਣ ਆਈ ਹੈ 3 ਵਜੇ, ਤੇ ਮੈਂ ਕਵਲ ਨੂੰ ਕਿਹਾ ਵੀ ਚਲੋ ਸਾਫ਼ ਸਫਾਈ ਤਾਂ ਮੈਂ ਤੇਰੀ ਕਰ ਦਿੱਤੀ ਆ, ਤੇ ਇਹ ਕੰਮ ਮੈਨੇ ਬਿਠਾਤਾ ਵਾ, ਤੇ ਤੂੰ ਬਸ ਇੰਨਾ ਕਰ ਕਿ ਤੂੰ ਨਾ ਕੱਪੜੇ ਵਾਸ਼ ਕਰ ਲਾ ਜਿਹੜੇ ਆਪਣੇ ਰਹਿੰਦੇ ਆ। ਤੇ ਉਹ ਵਿਚਾਰੀ ਕੱਪੜੇ ਵਾਸ਼ ਕਰਨ ਦੀ ਆ ਉੱਧਰ ਗਵਾਂਢੀਆਂ ਘਰੇ ਗਈ ਹੈ ਕਿਉਂਕਿ ਆਪਣੀ ਵਾਸ਼ਿੰਗ ਮਸ਼ੀਨ ਤੇ ਤੁਹਾਨੂੰ ਪਤਾ ਵਾ ਹੋਈ ਆ ਖਰਾਬ, ਨੇ ਜਗਰੂਪ ਵੀ ਅੱਜ ਸਵੇਰ ਦੇ ਗਏ ਥੱਕ, ਤੇ ਮੈਂ ਵੀ ਸਵੇਰ ਦੀ ਬਸ ਇਸਨੇ ਕੰਮਾਂ ਤੇ ਆ, ਤੇ 3 ਵਜ ਗਏ, ਤੇ ਮੈਨੂੰ ਇਹ ਕਿ 4 ਵੱਜਣ ਵਾਲੇ ਆ ਬਸ, ਬੱਚੇ ਆਉਣ ਹੀ ਵਾਲੇ ਆ ਟਿਊਸ਼ਨ ਦੇ। ਤੇ ਆਪਾਂ ਬਣਾਈਏ ਚਾਹ, ਅੱਜ ਪ੍ਰਭ ਵੀ ਸਕੂਲ ਗਿਆ ਬਹੁਤ ਦਿਨਾਂ ਬਾਅਦ, ਤੇ ਆਪਾਂ ਰੱਖੀਏ ਚਾਹ। ਚਾਹ ਆਲਮੋਸਟ ਆਪਣੀ ਬਣ ਗਈ ਆ, ਤੇ ਆਪਾਂ ਗਏ ਕਿਚਨ ਦੇ ਵਿੱਚ, ਤੇ ਸਾਹ ਗਿਆ ਮੈਨੂੰ ਚੜ ਸਵੇਰ ਦਾ ਬਸ, ਇੱਧਰ ਦੀ ਭੱਜੋ ਭਜਾਈ ਕਦੀ ਇੱਧਰ ਕਦੀ ਉੱਧਰ, ਤੇ ਉਹਦੇ ਨਾਲ ਹੈ ਬੁਰਾ ਹਾਲ ਹੋ ਗਿਆ। ਆ ਗਿਆ ਨਹੀਂ ਅਜੇ, ਕਦੋਂ ਆਇਆ? 3 ਵਜੇ ਜੀ। ਤੇ ਚਾਹ ਵੀ ਆਪਣੀ ਬਣ ਗਈ ਆ, ਬਸ ਬਾਲਾ ਆ ਗਿਆ ਵਾ, ਤੇ ਜਗਰੂਪ ਨਾਲ ਮਿਲਾਉਂਦੇ ਆ ਆਪਾਂ ਥੋੜੀ ਦੇਰ ਤੱਕ। ਜਗਰੂਪ ਚੱਲੇ ਆ ਬਾਹਰ ਕਿਤੇ, ਉਹਨਾਂ ਨੂੰ ਆ ਲੈਣ ਦਿਓ, ਤੇ ਫਿਰ ਆਪਾਂ ਉਹਨਾਂ ਨਾਲ ਮਿਲਾਉਂਦੇ ਤੁਹਾਨੂੰ। ਤੇ ਚਲੋ ਹੁਣ ਮੈਂ ਥੋੜਾ ਜਿਹਾ ਰੈਡੀ ਹੋ ਜਾਂ ਕਿਉਂਕਿ ਮੇਰੇ ਆਉਣ ਵਾਲੇ ਟਿਊਸ਼ਨ ਵਾਲੇ ਬੱਚੇ। ਬਾਏ ਬਾਏ। ਲੋ ਗਾਇਸ, ਟਾਈਮ ਹੋ ਗਿਆ ਏ 6:30 ਵਜੇ ਦਾ ਟਾਈਮ ਹੋ ਗਿਆ ਏ, ਤੇ ਹੁਣੇ ਜਸਟ ਮੈਂ ਫ੍ਰੀ ਹੋਈ ਆ। ਤੇ ਹੁਣ ਨਾ ਸਰਦੀਆਂ ਦੇ ਜਿਹੜੇ ਦਿਨ ਆ ਥੋੜੇ ਜਿਹੇ ਮਤਲਬ ਕਿ ਦਿਨਾਂ ਦੇ ਵਿੱਚ ਫਰਕ ਪੈ ਗਿਆ। ਅੱਗੇ 6 ਵਜੇ ਪੂਰਾ ਹਨੇਰਾ ਹੋ ਜਾਂਦਾ ਹੁੰਦਾ ਸੀਗਾ, ਤੇ ਹੁਣ ਅਜੇ 6 ਵਜੇ ਪੂਰਾ ਚਾਨਣ ਆ ਬਾਹਰ। ਹੁਣ ਵੈਸੇ 6:30 ਹੋ ਗਿਆ, ਤੇ 6 ਵਜੇ ਮੈਂ ਬਾਹਰੋਂ ਉੱਠ ਗਈ, ਪ੍ਰਾਪੀ ਕੱਪੜੀ ਉਹ ਪੱਗ ਉੱਤੇ ਟੰਗੀ ਲੱਗ ਰਹੀ ਆ। ਪੂਰਾ ਚਾਨਣ ਸੀਗਾ 6 ਵਜੇ, ਤੇ ਆਪਾਂ ਲੱਗੇ ਆ ਬਣਾਉਣ ਸਬਜ਼ੀ, ਆਲੂ ਪਨੀਰ। ਆਲੂ ਛਿੱਲੇ ਹੀ ਨਹੀਂ ਆ ਮੈਂ, ਤੇ ਪਿਆਜ਼ ਛਿੱਲੇ ਆ, ਤੇ ਪੂਰਾ ਹੁਣ ਕੰਮ ਕਾਰ ਕਰਨ ਦਾ ਜਿਹੜਾ ਵਾ ਨਾ ਉਹ ਥੋੜਾ ਜਿਹਾ ਮਤਲਬ ਕਿ ਜਦੋਂ ਦੇਣ ਹੋਵੇ ਨਾ, ਤੇ ਐਵੇਂ ਲੱਗਦਾ ਕਿ ਜਿਵੇਂ ਮਤਲਬ ਕਿ ਅਜੇ ਟਾਈਮ ਹੈਗਾ, ਤੇ ਉਹਦਾ ਕਰਕੇ ਮਤਲਬ ਕਿ ਇੰਨੀ ਜਲਦੀ ਕਾਹਲੀ ਜਿਹੀ ਨਹੀਂ ਪੈਂਦੀ, ਮਤਲਬ ਕਿ ਇਹ ਨਹੀਂ ਹੁੰਦਾ ਕਿ ਜਲਦੀ ਜਲਦੀ ਕੰਮ ਕਰ ਲਈਏ, ਤੇ ਜਦੋਂ ਇੱਥੇ ਕਰਕੇ ਦੇਣ ਜਦੋਂ ਐਨ ਹਨੇਰਾ ਜਿਹਾ ਹੋ ਜਾਂਦਾ ਨਾ, ਤੇ ਫਿਰ ਹੁੰਦਾ ਕਿ ਜਲਦੀ ਜਲਦੀ ਕੰਮ ਕਰ ਲਈਏ, ਹਨੇਰਾ ਬੜਾ ਹੋ ਗਿਆ, ਪਤਾ ਨਹੀਂ ਕਿੰਨਾ ਕੀ ਟਾਈਮ ਹੋ ਗਿਆ ਵਾ। ਤੇ ਅੱਜ ਆਪਾਂ ਸਬਜ਼ੀ ਬਣਾਉਣ ਲੱਗੇ ਹਾਂ ਆਲੂ ਪਨੀਰ ਦੀ, ਤੇ ਅੱਜ ਆਪਾਂ ਬਹੁਤ ਹੀ ਸਾਰੇ, ਪਹਿਲਾਂ ਮੈਂ ਤੁਹਾਨੂੰ ਦਿਖਾ ਲਿਆ ਵਾ ਇੱਧਰ ਕੱਪੜੇ ਬਹੁਤ ਸਾਰੇ ਜਿਹੜੇ ਵੀ ਕੱਪੜੇ ਆਪਣੇ ਆਏ ਸੀ ਨਾ ਤੋਂ ਮੈਰਿਜ ਤੋਂ ਜਗਰੂਪ ਤੇ ਪ੍ਰਭ ਲੈ ਕੇ ਆਏ ਸੀਗੇ, ਉੱਧਰ ਦਿਖਾਓ ਆਹ ਕੱਪੜੇ ਆਪਣੇ ਧੁੱਪੇ ਹੋਏ ਆ, ਇਹਨਾਂ ਨੂੰ ਆਪਾਂ ਸਵੇਰੇ ਸੁੱਕਣੇ ਪਾਉਣਾ ਇੱਧਰ, ਤੇ ਉੱਧਰ ਜਿਹੜੇ ਆ ਉਹ ਜਿਹੜੇ ਸਾਰੇ ਹੀ ਜਿਹੜੇ ਉਹ ਸੁਕਾਏ ਆ, ਸੁੱਕ ਗਏ ਆ, ਥੋੜੀ ਜਿਹੀ ਧੁੱਪ ਲੱਗ ਗਈ ਸੀਗੀ, ਤੇ ਇਸ ਕਰਕੇ ਉਹ ਸਾਰੇ ਸੁਕਾਏ ਹੋਏ ਆ, ਸੁੱਕ ਗਏ ਆ, ਤੇ ਆਹ ਜਿਹੜੇ ਇਹ ਆਪਾਂ ਸਵੇਰੇ ਸੁੱਕਣੇ ਪਾਵਾਂਗੇ ਕਿਉਂਕਿ ਅੱਜ ਹੁਣ ਧੁੱਪ ਚਲੇ ਗਈ ਸੀ, ਤੇ ਇੱਕ ਲੇਟ ਹੋ ਗਏ ਆਪਾਂ ਬਾਅਦ ਵਿੱਚ ਧੋਣ ਦੇ ਵਿੱਚ। ਤੇ ਆ ਜਿਹੜਾ ਭਾਈ ਤੇਰੇ ਕੋਲ ਐ ਮਤਲਬ ਕਿ ਪੂਰੀ ਚੰਡ ਕੇ ਸਾਫ ਸਫਾਈ ਕੀਤੀ ਮੈਂ ਤੇ ਜਗਰੂਪ ਨੇ, ਤੇ ਬਾਹਰ ਵੀ ਜੇ ਆਪਣੇ ਕੱਪੜੇ ਪਏ ਬਾਹਰ ਧੋਣੇ ਜੀ ਤੁਹਾਨੂੰ। ਆ ਚੁੱਕੇ ਨੀ ਲਿਆ ਪ੍ਰਭ ਨਾਮ ਵਾਲੇ ਬੀਜ ਗਏ ਬਾਹਰਲੇ।
ਕਰਦੇ ਨੇ ਮੈਨੂੰ ਖਿੱਚਣ ਦੇ ਪੀ ਬਾਹਰ ਲੈ ਕੇ ਜਾ ਕੈਬ ਛੱਡ ਗਿਆ ਮੁੰਡਾ ਤੇ ਆ ਵੈਕਿਊਮ ਲੈ ਕੇ ਬਰਾਬਰ ਸਾਰੇ ਦੇ ਮੈਟ ਦੇ ਉੱਪਰ ਲਾ ਦੇ ਹਵਾਲ ਦੇ ਨਹੀਂ ਲੱਥਣੇ ਨਹੀਂ ਐਰੋ ਵਿਛਾ ਕੇ ਨਾ ਉੱਪਰ ਵੈਕਿਊਮ ਮਾਰ ਕੇ ਕਰ ਦਿੰਨੇ ਹੈਗੇ ਆ ਆ ਲੀਟ ਵੀ ਚੁੱਕਣੀ ਬਾਅਦ ਚੱਕ ਰੱਖੀ ਆ ਅੱਜ ਜੰਗਾ ਹੀ ਨਹੀਂ ਹੈ ਐ ਮਤਲਬ ਕਿ ਘਰ ਦੇ ਵਿੱਚ ਹੈ ਆ ਵੇਖੋ ਮੈਂ ਇਧਰੋਂ ਪੂਰੀ ਸਾਫ ਸਫਾਈ ਕੀਤੀ ਤੇ ਜਿਹੜੇ ਜਿਹੜੇ ਲੈ ਗਏ ਆ ਸਾਰੇ ਕੱਪੜੇ ਲਾ ਕੇ ਇੱਥੇ ਰੱਖ ਮੈਂ ਇਧਰ ਆਵਾਜ਼ ਨਹੀਂ ਦਿੰਦੇ ਮੈਂ ਕਦੋਂ ਦੀ ਆਵਾਜ਼ਾਂ ਦੇਣ ਦੀ ਤੁਹਾਨੂੰ ਹੈ ਅਜੇ ਵੀ ਨਹੀਂ ਸੁਣਦਾ ਹਾਂ ਸੁਣ ਲਿਆ ਕੀ ਸੁਣ ਲਿਆ ਮੇਰੇ ਕੱਪੜੇ ਪਏ ਆ ਲੰਮੇ ਪਿਆ ਮੈਂ ਸਫਾਈ ਕੀਤੀ ਆ ਪਰ ਉਹ ਨਵੀਂ ਤੇ ਨਾਲ ਕੀਤੀ ਸੈਂ ਤੁਸੀਂ ਵੀ ਕੀਤੀ ਆ ਅੱਜ ਗਰੁੱਪ ਨੇ ਮੇਰੇ ਨਾਲ ਬਹੁਤ ਹੀ ਜ਼ਿਆਦਾ ਕੰਮ ਕਰਾਇਆ ਜਿੰਨਾ ਵੀ ਮੈਂ ਕਹਿ ਸਕਾਂ ਨਾ ਅੱਜ ਉਹਨੇ ਉਹ ਵੀ ਘੱਟ ਆ ਮਤਲਬ ਜਿੰਨੀ ਵੀ ਤਾਰੀਫ ਕਰਾਂ ਉਨੀ ਘੱਟ ਆ ਤੇ ਸਾਰਾ ਅਸੀਂ ਦੋਵਾਂ ਜਣਿਆਂ ਨੇ ਮਿਲ ਕੇ ਘਰ ਦੀ ਸਾਫ਼ ਸਫਾਈ ਕੀਤੀ ਹੈ ਵਧੀਆ ਜੇ ਗਰੁੱਪ ਨੇ ਮੈਂ ਝਾੜੂ ਲਾਏ ਚੈੱਕ ਮਤਲਬ ਕਿ ਪੂਰਾ ਵੈਕਿਊਮ ਕਲੀਨਰ ਦੇ ਨਾਲ ਸਾਰਾ ਥੱਲੇ ਕਲੀਨ ਕੀਤਾ ਬੇਟਾ ਤੇ ਜੇ ਗਰੁੱਪ ਨੇ ਸਾਰੇ ਅੰਦਰੋਂ ਬਾਹਰੋਂ ਪੋਚੇ ਲਾਏ ਬਹੁਤ ਹੈਲਪ ਕੀਤੀ ਅੱਜ ਜੇ ਗਰੁੱਪ ਨੇ ਮੇਰੀ ਤੇ ਬਾਅਦ ਅਸੀਂ ਹਾਂ ਸਾਡੇ ਆਉਂਦੇ ਕੰਮ ਕਰਨ ਵਾਸਤੇ ਆਉਂਦੇ ਹੋ ਮਗਰ ਨਾ ਐਤ ਕਰ ਲਿਆ ਸੀ ਬੋਲੀ ਤੇ ਫਿਰ ਮੰਮੀ ਨੇ ਉਹਨੂੰ ਚੰਗੀ ਤਰ੍ਹਾਂ ਬੋਲੀ ਅੱਗੋਂ ਤੇ ਇਸ ਕਰਕੇ ਸਾਡੀ ਦੋਵਾਂ ਦੀ ਜਿਹੜੀ ਆ ਉਹ ਹੋ ਗਈ ਲੜਾਈ ਤੇ ਬਾਅਦ ਵਿੱਚ ਪਰ ਉਹ ਆਈ ਸਫਾਈ ਕਰਾਉਣਾ ਫਿਰ ਜਗਰੂਪ ਨੇ ਮੈਨੂੰ 2Z ਸਾਰਾ ਕੰਮ ਕਰਵਾਇਆ ਕਿਉਂਕਿ ਤੁਹਾਨੂੰ ਪਤਾ ਮੈਨੂੰ ਇਕੱਲੀ ਨੂੰ ਹੋ ਜਾਂਦਾ ਇਹਦੇ ਵਿੱਚ ਨਾ ਸੱਚ ਇੱਕ ਗੱਲ ਹੋਰ ਉਸ ਟੌਪਿਕ ਤੇ ਵੀ ਆਪਾਂ ਗੱਲ ਕਰੀਏ ਕਈ ਲੋਕ ਕਹਿ ਦਿੱਤੇ ਹਨ ਜਨਾਨੀਆਂ ਵਾਲੇ ਕੰਮ ਕਰਦਾ ਫਿਰਦਾ ਮੈਂ ਸੀਰੀਅਸ ਟੌਪਿਕ ਦੀ ਗੱਲ ਕਰਦੀ ਤੁਸੀਂ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਜੇ ਤੇ
ਤਾਂ ਕੋਈ ਨਹੀਂ ਘਰ ਦਾ ਕੰਮ ਜਿਹੜਾ ਵਾ ਮਤਲਬ ਕਿ ਦੋਵਾਂ ਜੀਆਂ ਦੇ ਵਿੱਚ ਬਰਾਬਰੀ ਹੁੰਦੀ ਆ, ਠੀਕ ਆ? ਜੇ ਮਤਲਬ ਕਿ ਇਹ ਕੰਮ ਮੇਰੇ ਨਾਲ ਘਰ ਦਾ ਕਰਾਉਂਦੇ ਆ ਤੇ ਮੈਂ ਵੀ ਇਹਨਾਂ ਦੀ ਘਰ ਦੇ ਕੰਮ ਦੇ ਵਿੱਚ ਘਰ ਦੀਆਂ ਮਤਲਬ ਕਿ ਜਿਵੇਂ ਕਿ ਲਾ ਲਓ ਕਿ ਕਿਵੇਂ ਕਿ ਜਿਵੇਂ ਕਿ ਜਿਵੇਂ ਕਿ ਲੀੜਾ ਕੱਪੜਾ ਧੋਣਾ, ਉਹਨੂੰ ਸੁਕਾਉਣਾ, ਉਹਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਵੱਟ ਕੱਢ ਕੇ ਬਣਾਉਣਾ, ਹਾਂਜੀ, ਫਿਰ ਬੰਦੇ ਨੂੰ ਪਵਾਉਣਾ ਤੇ ਫਿਰ ਬੰਦੇ ਜਾਣਾ, ਉਸ ਤੋਂ ਬਾਅਦ ਫਿਰ ਉਹਨੇ ਕੰਮ ਕਰਕੇ ਆਉਣਾ। ਬਸ ਜ਼ਿੰਦਗੀ ਦੇ ਇਹੀ ਆ ਕੰਮ ਧੰਦੇ, ਹੈ ਤੇ ਇਸੇ ਖੱਚਰ ਖਰਾਬੀ 'ਚ ਉਮਰਾਂ ਲੰਘ ਜਾਂਦੀਆਂ, ਉਹ ਚਾਹੇ ਹੁਣ ਬੁੱਢੀਆਂ ਦੇ ਚਾਹੇ ਹੁਣ ਬੰਦੇ। ਠੀਕ ਆ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਹੈਲਪ ਕਰਦੇ ਉਹ ਹੋ ਜਾਏ ਥੋੜੀ ਜਿਹੀ ਤੇ ਬੰਦਾ ਥੋੜਾ ਸੁਰਖਰੂ ਹੋ ਜਾਂਦਾ, ਨਹੀਂ ਤੇ ਬੰਦੇ ਦੇ ਇਕੱਲੇ ਦੇ ਮੋਢਿਆਂ ਤੇ ਥੋੜੀ ਜਿਹੀ ਜ਼ਿੰਮੇਵਾਰੀ ਵੱਧ ਹੁੰਦੀ ਆ ਤੇ ਉਹਨੂੰ ਖੱਚਲ ਖਰਾਬੀ ਮਿਹਨਤ ਕਰਨੀ ਪੈਂਦੀ। ਵੈਸੇ ਆਪਣੇ ਹੁਣ ਇੱਥੇ ਮਿਹਨਤ ਦਾ ਕੋਈ ਮੁੱਲ ਤਾਂ ਹੈਗਾ ਨਹੀਂ ਗਾ, ਪਰ ਕੀ ਕਰੀਏ, ਕੋਈ ਮਜਬੂਰੀਆਂ ਵਾ, ਕੰਮ ਜਿਹ 'ਚ ਥੋੜ੍ਹਾ ਵੀ ਆ ਉਹ 'ਚ ਵੀ ਕਰਨਾ ਹੀ ਪੈਂਦਾ। ਖੈਰ ਕੋਈ ਗੱਲ ਨਹੀਂ, ਇਸ ਤਰ੍ਹਾਂ ਤਾਂ ਚੱਲਦੀ ਰਹਿੰਦੀ ਜ਼ਿੰਦਗੀ, ਪਰ ਇਸ ਚੀਜ਼ ਨੂੰ ਭਾਈ ਵੇਖ ਕੇ ਨਹੀਂ ਵੀ ਕਰਦੇ ਕੰਮ, ਕਿਉਂਕਿ ਉਹ ਇਹ ਗੱਲ ਸੋਚ ਲੈਂਦੇ ਆ ਵੀ ਇੰਨੇ ਕੁ ਪੈਸਿਆਂ ਦੀ ਕੀ ਕਰਨਾ ਵਾ, ਇੰਨੇ ਕੀ ਬਣਨੇ, ਕੀ ਜ਼ਰੂਰਤ ਆ। ਬੇਸ਼ੱਕ ਭਾਵੇਂ ਥੋੜਾ ਭਾਵੇਂ ਜਿੱਦਾਂ ਵੀ ਹੈ ਨਾ, ਜਿਹੜੇ ਜਿਹੜਾ ਜਿਹੜਾ ਬੰਦਾ ਜਿੰਨੇ ਯੋਗਾ ਹੈਗਾ ਨਾ, ਉਹਨੂੰ ਆਪਣਾ ਉਹਨਾਂ ਦੇ ਯੋਗਦਾਨ ਪਾਉਣਾ ਚਾਹੀਦਾ। ਉਹਨੀ ਮਿਹਨਤ ਜਿਹੋ ਜਿਵੇਂ ਦੀ ਵੀ ਉਹ ਮਿਹਨਤ ਕਰ ਸਕਦਾ ਨਾ, ਉਵੇਂ ਦੀ ਉਹਨੂੰ ਮਿਹਨਤ ਕਰਨੀ ਚਾਹੀਦੀ ਆ ਤੇ ਆਪਣੇ ਪਤੀ ਦੀ ਹੈਲਪ ਕਰਨੀ ਚਾਹੀਦੀ ਆ। ਇਹ ਨਹੀਂ ਆ ਕਿ ਪਤੀ ਇਕੱਲਾ ਬਾਹਰ ਜਾਵੇ, ਜਿੰਨਾ ਯੋਗਦਾਨ ਹੋਵੇ ਉਹਨਾਂ ਨੂੰ ਪਾਉਣਾ ਚਾਹੀਦਾ ਵਾ, ਤੇ ਠੰਡ ਭਾਵੇਂ ਜਿੰਨੀ ਮਰਜ਼ੀ ਹੋਵੇ ਇੱਕ ਟਾਈਮ ਤੇ ਜ਼ਰੂਰ ਨਹਾਉਣਾ ਚਾਹੀਦਾ। ਪਰ ਇਹ ਆ ਕਿ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਏਦਾਂ ਦਾ ਮਤਲਬ ਕਿ ਹਸਾਉਣ ਵਾਲੇ ਪਾਰਟ ਵੀ ਮਿਲਣਗੇ, ਉਹ ਜ਼ਰੂਰ ਲਿਆਉਣਗੇ, ਕਿਉਂਕਿ ਮੈਂ ਹਸਾਉਣ ਵਾਲਾ ਕੰਮ ਨਹੀਂ ਕਰ ਸਕਦੀ, ਮੈਂ ਤੇ ਨੋਰਮਲ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕਦੀ ਹਾਂ, ਇਸ ਕਰਕੇ ਮੈਨੂੰ ਜਗਰੂਪ ਨੂੰ ਖਿੱਚ ਕੇ ਵਲੌਗ ਦੇ ਵਿੱਚ ਲਿਆਉਣਾ ਪੈਂਦਾ ਵਾ। ਹੈ ਲਿਆਓ ਬੜਾ ਹੀ ਕੰਮ ਕਰਨ ਦੀ ਹੁੰਦੀ ਘਰ ਦੇ ਵਿੱਚ, ਜਿੱਧਰ ਨੂੰ ਮੈਂ ਜਾਣਾ ਮੇਰੇ ਮਗਰ 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 ਬਸ ਇਹਦਾ ਹੋਰ ਕੋਈ ਕੰਮ ਨੀ ਹੈਗਾ ਘਰ ਦੇ ਵਿੱਚ। ਤੇ ਲੋ ਜੀ ਹੁਣ ਆ ਵੇਖੋ ਤੁਸੀਂ ਨਾ ਇੱਥੇ ਉਹ ਦੂਜਾ ਬਲਬ ਲੱਗਣਾ, ਇੱਥੇ ਯੈਲੋ ਯੈਲੋ ਜਿਹਾ ਲੱਗਣ ਤੇ ਲੋ ਜੀ ਸਾਡੇ ਘਰੇ ਕਾਕਾ ਜੀ ਆਏ ਨੇ। ਕਾਕਾ ਆ ਗਿਆ, ਤੇਰੇ ਕਾਕਾ ਕਿੱਥੇ ਰਿਹਾ ਵਾ, ਸ਼ਿਮਲੇ ਗਿਆ ਵਾ,
ਕੱਲਾ ਕੇ ਨਾਲ ਮੰਮੀ ਨੂੰ ਲੈ ਕੇ? ਕੱਲਾ ਹੀ ਗਿਆ? ਅੱਛਾ, ਹੋਰ ਕੱਲ ਕੱਲ ਪ੍ਰੋਗਰਾਮ ਸੀ ਪਰਸੋਂ ਤੁਹਾਡੇ ਘਰੇ? ਸਵੇਰੇ ਥੋੜੀ ਆ, ਇੱਕ ਤਰੀਕ ਸਵੇਰੇ ਥੋੜੀ, ਪਰਸੋਂ ਆ, ਪਰਸੋਂ ਵੀਰਵਾਰ ਹੈ। ਕੀ ਕਹਿੰਦਾ ਉਹ? ਕੀ ਹੁੰਦਾ ਮੋਟਾ? ਤੇ ਕਾਕੇ ਘਰੇ ਕੱਲ ਨੂੰ, ਪਰਸੋਂ ਨਹੀਂ, ਪਰਸੋਂ, ਹਾਂ ਪਰਸੋਂ ਇੱਕ ਤਰੀਕ ਨੂੰ ਹੈਗਾ ਏ ਪ੍ਰੋਗਰਾਮ, ਇੱਕ ਤਰੀਕ ਨੂੰ ਹੈਗਾ ਅਖੰਡ ਪਾਠ ਸਾਹਿਬ, ਇਹਨਾਂ ਨੇ ਸੁਖਮਨੀ ਸਾਹਿਬ ਦਾ ਪ੍ਰੋਗਰਾਮ ਕਰਾਉਣਾ। ਉਹਦਾ ਲਿਸਟ ਬਣਾਉਂਦੇ ਆ ਕਾਕਾ। ਅੱਛਾ, ਕਹਿੰਦਾ ਇੱਕ ਵਰੰਸ਼ ਨੇ ਆ ਜਾਣਾ ਵਾ, ਇੱਕ ਕਰਨ ਨੇ ਆ ਜਾਣਾ ਵਾ, ਅਰੁਣ ਨੇ ਆ ਜਾਣਾ ਵਾ, ਰੂਪ ਨੇ ਆ ਜਾਣਾ ਵਾ, ਹੋਰ ਪਾਣੀ ਕੀ ਡਾਕਖਾਨੇ ਵਾਲੇ ਨੇ ਆ ਜਾਣਾ ਵਾ। ਅੱਛਾ, ਤੇ ਕਾਕਾ ਨੂੰ, ਕਾਕੇ ਆਪਦੇ ਦੋਸਤ ਨੂੰ, ਸਾਰੇ ਦੋਸਤਾਂ ਨੂੰ ਇਨਵਾਈਟ ਕੀਤਾ ਵਾ, ਤੇ ਪ੍ਰਭ ਨੂੰ ਵੀ ਇਨਵਾਈਟ ਕਰਦਾ ਪਿਆ, ਪਰ ਆਪਾਂ ਪ੍ਰਭ ਨੇ ਜਾਣਾ ਸਕੂਲ ਤੇ ਪ੍ਰਭ ਵਿੱਚ। ਬਾਕੀ ਇਹ ਹੈ ਕਿ ਜਿਹੜੀ ਕਿ ਮੈਂ ਜਗਰੂਪ, ਮੈਂ ਤਾਂ ਜਗਰੂਪ ਗੱਲਾਂ ਕਰਦੇ ਪਏ ਸੀਗੀ ਕਿ ਮਤਲਬ ਵੀ ਹਨਾ ਕਿ ਜੇ ਬੰਦਾ ਜਨਾਨੀ ਦੀ ਹੈਲਪ ਕਰਦਾ ਵਾ ਤੇ ਇਹਦੇ ਵਿੱਚ ਇਹ ਕੋਈ ਉਹ ਨਹੀਂ ਹੈਗਾ ਕਿ ਮਤਲਬ ਕਿ ਉਹ ਨਹੀਂ ਹੈਗਾ ਕਿ ਇਹ ਕਿਉਂ ਕਰਦਾ। ਕਈ ਲੋਕਾਂ ਦੀ ਜਿਹੜੀ ਹਨਾ ਸੋਚ ਹੀ ਐਵੇਂ ਦੀ ਹੁੰਦੀ ਹੈ ਕਿ ਉਹ ਬੋਲਦੇ ਆ ਹਨਾ ਕਿ ਹੋਏ ਜਨਾਨੀਆਂ ਵਾਲੇ ਘਰ ਦੇ ਕੰਮ ਕਰਾਉਂਦਾ ਵਾ, ਆਪੋ ਆਪਣੀ ਸੋਚ ਹੁੰਦੀ, ਆਪਾਂ ਕਿਸੇ ਨੂੰ ਹਨਾ ਉਹਦੇ 'ਤੇ ਉਹ ਨਹੀਂ ਕਰ ਸਕਦੇ, ਰੋਕ ਟੋਕ ਨਹੀਂ ਕਰ ਸਕਦੇ, ਇਹ ਆਪੋ ਆਪਣੀ ਥਿੰਕਿੰਗ ਆ। ਕਿ ਕਈ ਲੋਕ ਆਪਣੀਆਂ ਵਾਈਫ ਦੇ ਨਾਲ ਕਈ ਮਤਲਬ ਕਿ ਹੈਲਪ ਕਰਾਉਂਦੇ ਆ, ਹਸਬੈਂਡ, ਕਈ ਨਹੀਂ ਕਰਾਉਂਦੇ, ਕਈ ਤਾਂ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀ ਸਕਦੇ ਹਨਾ, ਤੇ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਮਤਲਬ ਕਿ ਸ਼ੁਰੂ ਤੋਂ ਹੀ ਜਿਵੇਂ ਕਿ ਉਹਨਾਂ ਨੂੰ ਮਾਂ ਪਿਓ ਨੇ ਸਿਖਾਇਆ ਹੀ ਐਵੇਂ ਹੁੰਦਾ ਵਾ, ਤੇ ਇਸ ਕਰਕੇ ਫਿਰ ਆਪਾਂ ਨੂੰ ਮਤਲਬ ਕਿ ਉਹਨਾਂ ਦੀ ਥਿੰਕਿੰਗ ਆਪਾਂ ਚੇਂਜ ਨਹੀਂ ਕਰ ਸਕਦੇ। ਤੇ ਕਈਆਂ ਨੇ ਸ਼ੁਰੂ ਤੋਂ ਹੀ ਐਵੇਂ ਮਤਲਬ ਘਰਦਿਆਂ ਨੇ ਲਾਡਲੇ ਰੱਖੇ ਹੁੰਦੇ ਬੱਚੇ ਕਿ ਹਾਂ ਨਹੀਂ ਕੰਮ ਕਰਨੇ ਘਰਦੇ, ਖਾਸ ਤੌਰ ਤੇ ਮੁੰਡੇ, ਪਰ ਅੱਜ ਕੱਲ੍ਹ ਕੋਈ ਮਤਲਬ ਕਿ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਆ। ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਮੁੰਡਿਆਂ ਨੂੰ ਵੀ ਅੱਜ ਕੱਲ੍ਹ ਹਨਾ ਫੋਰਨ ਜਾਣਾ ਪੈਂਦਾ ਜਾਂ ਕਈਆਂ ਜਗ੍ਹਾ ਤੇ ਦੂਰ ਦੂਰ ਕੰਮ ਕਰਨ ਵਾਸਤੇ ਜਾਣਾ ਪੈਂਦਾ ਹੈ, ਤੇ ਉੱਥੇ ਜਾ ਕੇ ਵੀ ਉਹਨਾਂ ਨੂੰ ਘਰ ਦੇ ਜਿਹੜੇ ਕੰਮ ਜਿਹੜੇ ਉਹ ਕਰਨੇ ਪੈਂਦੇ ਨੇ। ਤੇ ਇਸ ਕਰਕੇ ਮੁੰਡਿਆਂ ਨੂੰ ਛੋਟੇ ਹੁੰਦਿਆਂ ਹੀ ਮੁੰਡਿਆਂ ਨੂੰ ਵੀ ਘਰ ਦੇ ਕੰਮ ਸਿਖਾਉਣੇ ਚਾਹੀਦੇ ਨੇ। ਜਿਵੇਂ ਕਿ ਮੇਰਾ ਬੇਟਾ ਵਾ ਘਰ ਦਾ ਹਰ ਇੱਕ ਕੰਮ ਜਿਹੜਾ ਵਾ ਕਿ ਉਹ ਮੇਰੇ ਨਾਲ ਕਰਾ ਦਿੰਦਾ, ਮੇਰੀ ਹੈਲਪ ਕਰਦਾ ਵਾ। ਤੇ ਬਸ ਇਹੀ ਸੀਗੀ ਅੱਜ ਦੀ ਵੀਡੀਓ, ਤੁਸੀਂ ਦੱਸੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ, ਅਗਰ ਵੀਡੀਓ ਥੋੜ੍ਹੀ ਵਧੀਆ ਲੱਗੀ ਹੋ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਿਓ ਤੇ ਹਾਂ ਬਸ ਇਹੀ ਸੀ ਕਿ ਅੱਜ ਆਪਣੀ ਵੀਡੀਓ, ਤੁਸੀਂ ਦੱਸੋ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕਿਵੇਂ ਲੱਗੀ, ਅਗਰ ਵੀਡੀਓ ਥੋੜ੍ਹੀ ਵੀ ਵਧੀਆ ਲੱਗੀ ਹੋਈ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ, ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਤੇ ਤੇਲ ਆਪਣਾ ਸੜ ਗਿਆ ਵਾ ਤੇ ਮੈਂ ਜਲਦੀ ਜਲਦੀ ਜਿਹੜਾ ਵਾ ਤੜਕਾ ਲਾਣਾ, ਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ ਬਾਏ ਗਾਈਜ਼।